हीलो नाम दा प्याला सत संग बिच आके Oh,
ਸਾਖੀ ਨਾਮ ਰੰਗ ਸੰਗਤ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਸਹਿਬੇ ਕਮਾਲ ਰਹਿਮਤਾਂ ਦੇ ਦਾਤੇ ਕਿਰਪਾਲੂ ਦਿਆਲੂ ਪਾਤਸ਼ਾਹ ਚਬਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਿੰਨਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਬਹੁਤ ਹੀ ਸਤਿਕਾਰਯੋਗ ਆਦਰਯੋਗ ਮਾਣਯੋਗ ਸੰਗਤ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਢਾਡੀ ਜਥੇ ਨੇ ਗੁਜ਼ਾਰਿਸ਼ ਕੀਤੀ ਐ ਜਗਿਆਸੂ ਪੀ ਲਓ ਨਾਮ ਦਾ ਪਿਆਲਾ ਸਤ ਸੰਗ ਵਿੱਚ ਆ ਕੇ ਮੁੱਖੋਂ ਵਾਹਿਗੁਰੂ 'ਤੇ ਆ ਕੇ ਰੱਬੀ ਰੰਗ ਵਿੱਚ ਗਾ ਕੇ ਜਦੋਂ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ ਨਾ ਰੱਬੀ ਰੰਗ ਵਿੱਚ ਆ ਕੇ ਰੱਬੀ ਰੰਗ ਐਸਾ ਰੰਗ ਹੈ ਜਿਹਨੂੰ ਕਿਹਾ ਜਾਂਦਾ ਮਜੀਠੀ ਰੰਗ ਅਤੇ ਮਜੀਠੀ ਰੰਗ ਜਿਹਦੇ ਮਨ ਨੂੰ ਚੜ੍ਹ ਜਾਂਦਾ ਹੈ ਮੇਰੇ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਵੱਖ ਵੱਖ ਐਗਜ਼ਾਮਪਲ ਦਿੱਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਐਸੀ ਐਗਜ਼ਾਮਪਲ ਤਸ਼ਬੀਹ ਦੇ ਕੇ ਮਨੁੱਖ ਨੂੰ ਸਮਝਾਉਣਾ ਕੀਤਾ ਹੈ ਮਨੁੱਖ ਜਿਵੇਂ ਕਿਤੇ ਚਿੱਟੇ ਕੱਪੜੇ ਨੂੰ ਅਸੀਂ ਮਜੀਠੀ ਰੰਗ ਚਾੜ੍ਹ ਦਈਏ ਅਤੇ ਜੇ ਕਿਤੇ ਉਹ ਮਜੀਠੀ ਰੰਗ ਉਹਨੂੰ ਚੜ੍ਹ ਜਾਵੇ ਤਾਂ ਉਹਦਾ ਰੰਗ ਬਦਲਣਾ ਔਖਾ ਹੈ ਅਤੇ ਤੁਸੀਂ ਦੁਬਾਰਾ ਉਹਨੂੰ ਚਿੱਟੇ ਭੇਸ ਵਿੱਚ ਲਿਆ ਨਹੀਂ ਸਕਦੇ ਲੇਕਿਨ ਜੇ ਚਿੱਟਾ ਭੇਸ ਹੈ ਤਾਂ ਉਹਨੂੰ ਮਜੀਠੀ ਰੰਗ ਚੜ੍ਹ ਗਿਆ ਬਸ ਉਹ ਰੰਗ ਉਹਦਾ ਭਗਮਾ ਬਣ ਜਾਵੇਗਾ ਅਤੇ ਇਵੇਂ ਜਿਵੇਂ ਜੇ ਨਾਮ ਦਾ ਸਿਮਰਨ ਕਰੇਗਾ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੇਗਾ ਇਹ ਜਿਹੜਾ ਮਨ ਦਾ ਰੰਗ ਹੈ ਮਨ ਨੂੰ ਰੰਗ ਚੜ੍ਹਾਉਣਾ ਹੈ ਤੇਰੇ ਮਨ ਨੂੰ ਸਤਸੰਗ ਦਾ ਰੰਗ ਚੜ੍ਹ ਗਿਆ ਨਾਮ ਦਾ ਰੰਗ ਚੜ੍ਹ ਗਿਆ ਰੱਬੀ ਰੰਗ ਵਿੱਚ ਰਤਿਆ ਗਿਆ ਬਸ ਫਿਰ ਇਹਦਾ ਮਨ ਦਾ ਜਿਹੜਾ ਉਹ ਪਹਿਲਾਂ ਵਾਲੀ ਅਵਸਥਾ ਉਹ ਖਤਮ ਹੋ ਜਾਵੇਗੀ ਫਿਰ ਤੂੰ ਗੁਰੂ ਵਾਲਾ ਬਣ ਜਾਵੇਂਗਾ ਫਿਰ ਗੁਰੂ ਤੇਰੇ 'ਤੇ ਰਹਿਮਤ ਕਰੇਗਾ ਆਓ ਗੁਰੂ ਤੋਂ ਇੰਨੀਆਂ ਦਾਤਾਂ ਆਪਣੀ ਝੋਲੀ ਵਿੱਚ ਪਵਾਈਏ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਨੂੰ ਬੁਲੰਦ ਆਵਾਜ਼ ਵਿੱਚ ਗੁਰੂ ਪਾਤਸ਼ਾਹ ਦੇ
ਉਹਨਾਂ ਦੀ ਬਖਸ਼ੀ ਦਾਤ ਨੂੰ ਸ਼ੁਕਰਾਨਾ ਕਰੀਏ ਅਤੇ ਵਾਹਿਗੁਰੂ ਸ਼ਬਦ ਦੋ ਵਾਰੀ ਕਹਿ ਕੇ ਆਪਾਂ ਫਤਿਹ ਬੁਲਾਈਏ। ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਦੀ ਤਰ੍ਹਾਂ ਆਪ ਜੀ ਦੇ ਨਾਲ ਇੱਕ ਇਤਿਹਾਸ ਦੀ ਲੜੀ ਦੁਪਹਿਰ ਵੇਲੇ ਸ਼ੁਰੂ ਕੀਤੀ ਹੈ ਅਤੇ ਇੱਕ ਸ਼ਾਮ ਵੇਲੇ। ਸ਼ਾਮ ਵੇਲੇ ਮੈਂ ਜਿੰਨਾ ਮੈਨੂੰ ਵਕਤ ਮਿਲਦਾ ਉਸ ਵਕਤ ਅਨੁਸਾਰ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਪਾਉਂਦਾ ਆ ਰਿਹਾ। ਕੱਲ੍ਹ ਦਾ ਇਤਿਹਾਸ ਸੀ ਜਿਵੇਂ ਪੰਜਾਬੀ ਦੀ ਕਹਾਵਤ ਹੈ, ਇੱਕ ਮੁਹਾਵਰਾ ਹੈ ਕਿ ਅਸੀਂ ਆ ਕੇ ਗੁਰੂ ਦੇ ਗੋਦ ਵਿੱਚ ਆ ਕੇ ਜਦੋਂ ਵੀ ਸੰਤ ਮਹਾਂਪੁਰ ਕੋਲ ਜਾਂਦੇ ਹਾਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆਉਂਦੇ ਹਾਂ ਉਦੋਂ ਅਸੀਂ ਇੱਕ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡਾ ਬੇੜਾ ਬੰਨੇ ਲਾਈ, ਸਾਡਾ ਬੇੜਾ ਬੰਨੇ ਲਾਈ, ਮਤਲਬ ਕਿ ਸਾਡਾ ਜਿਹੜਾ ਕਾਰਜ ਹੈ ਇੱਕ ਕਿਨਾਰੇ 'ਤੇ ਲਾ ਦੇ, ਇੱਕ ਪਾਸੇ ਲਾ ਦੇ, ਕਿਉਂਕਿ ਜਿਹੜਾ ਇਹ ਸਾਡਾ ਭਵਜਲ ਹੈ, ਭਵਜਲ ਸਾਗਰ ਹੈ ਜਿਹੜਾ, ਇਹਦੇ ਵਿੱਚੋਂ ਪਾਰ ਕਰਨਾ ਬੜਾ ਔਖਾ ਲੱਗਦਾ ਹੈ। ਅਤੇ ਇਵੇਂ ਜਿਵੇਂ ਇੱਕ ਬੇੜਾ ਲੈ ਕੇ ਮਨੁੱਖ, ਉਹਦਾ ਨਾਮ ਹੈ ਰਾਤ ਦੱਸਿਆ ਸੀ ਮੱਖਣ ਸ਼ਾਹ ਲੁਬਾਣਾ, ਉਹ ਤੁਰਿਆ ਗੁਜਰਾਤ ਜੇਹਲਮ ਜ਼ਿਲ੍ਹਾ, ਜ਼ਿਲ੍ਹੇ ਜੇਹਲਮ ਦੇ ਵਿੱਚ ਪਿੰਡ ਪੈਂਦਾ ਟਾਂਡਾ, ਉੱਥੋਂ ਚੱਲ ਕੇ ਉਹ ਆਉਂਦਾ ਹੈ ਬੰਦਰਗਾਹ ਸੂਰਤੀਆ ਅਤੇ ਉਹ ਦਸੌਰ ਵਿੱਚ ਦੀ ਜਾਂਦਾ ਹੈ। ਇੱਥੋਂ ਵੱਖ ਵੱਖ ਦੇਸ਼ਾਂ ਨੂੰ ਆਪਣਾ ਉਹ ਵਪਾਰ ਕਰਦਾ ਬੇੜੇ ਰਾਹੀਂ, ਅਤੇ ਉਦੋਂ ਬੇੜਾ ਕਿਹਾ ਜਾਂਦਾ, ਅੱਜ ਦੇ ਸ਼ਬਦਾਂ ਵਿੱਚ ਉਹਨੂੰ ਜਹਾਜ਼ ਕਿਹਾ ਜਾਂਦਾ ਹੈ, ਕਈ ਥਾਵਾਂ 'ਤੇ ਉਹਨੂੰ ਫੈਰੀ ਕਿਹਾ ਜਾਂਦਾ। ਉਹ ਜਿਹੜਾ ਉਹਦਾ ਬੇੜਾ ਹੈ ਉਹਦਾ ਇੱਕ ਦਲਦਲ ਦੇ ਵਿੱਚ ਖੁੱਭ ਗਿਆ, ਘੁੰਮਣ ਘੇਰੀ ਦੇ ਵਿੱਚ ਪੈ ਗਿਆ, ਉਹ ਘੁੰਮਣ ਘੇਰੀ ਵਿੱਚ ਪਿਆ ਐਸਾ, ਅਤੇ ਉਹਦਾ ਬੇੜਾ ਜਿਸ ਪਾਸੇ ਨੂੰ ਜਾਣਾ ਹੈ ਉਹਦਾ ਰੁੱਖ ਬਦਲ ਗਿਆ, ਹੋਰ ਪਾਸੇ ਨੂੰ ਚਲਾ ਗਿਆ, ਲੇਕਿਨ ਬੇੜਾ ਹਿਲਦਾ, ਇੰਝ ਲੱਗਦਾ ਕਿ ਬੇੜਾ ਡੁੱਬਿਆ, ਬੇੜਾ ਗਿਆ, ਬੇੜਾ ਡੁੱਬ ਜਾਵੇਗਾ। ਇਹਦੇ ਜਿਹੜੇ ਨਾਲ ਅਹਿਲਕਾਰ ਨੇ ਵਣਜ ਵਪਾਰ ਕਰਨ ਵਾਲੇ ਮੱਖਣ ਸ਼ਾਹ ਲਵਾਣੀ ਦੇ ਨਾਲ, ਉਹ ਸਾਰਿਆਂ ਨੂੰ ਕਹਿਣ ਲੱਗਿਆ ਉਹ ਲੋਕੋ ਕਰੋ ਅਰਦਾਸ, ਕਰੋ ਦੁਆ, ਕਰੋ ਬੇਨਤੀ, ਕਦੋਂ ਕਰੋ ਜੋਦੜੀ, ਉਹ ਖੁਦਾ ਨੂੰ ਕਹੋ, ਅੱਲਾ ਤਾਲਾ ਨੂੰ ਕਹੋ, ਰਾਮ ਰਹੀਮ ਨੂੰ ਕਹੋ, ਦੇਵੀ ਨੂੰ ਕਹੋ, ਦੇਵੀਆਂ ਨੂੰ ਕਹੋ, ਦੇਵਤਿਆਂ ਨੂੰ ਕਹੋ, ਜੋਗੀਆਂ ਨੂੰ ਕਹੋ, ਜੰਗਮਾਂ ਨੂੰ ਕਹੋ, ਅਤੀਤਾਂ ਨੂੰ ਕਹੋ, ਉਚੇਚਿਆਂ ਨੂੰ ਕਹੋ, ਕਹੋ ਤੁਸੀਂ ਕਿਸੇ ਨੂੰ ਕੁਛ ਕਿ ਸਾਡਾ ਬੇੜਾ ਬੰਨੇ ਲੱਗ ਜਾਵੇ। ਹੁਣ ਬੇੜਾ ਬੰਨੇ ਕਦੋਂ ਲੱਗੇਗਾ? ਨਹੀਂ ਲੱਗ ਸਕਿਆ। ਇੱਕ ਗੁਰੂ ਨਾਨਕ ਦਾ ਸਿੱਖ ਬੈਠਾ, ਉਹ ਕਹਿਣ ਲੱਗਾ ਤੂੰ ਗੁਰੂ ਨਾਨਕ ਦੇ ਚਰਨਾਂ 'ਚ ਕਿਉਂ ਨਹੀਂ ਅਰਦਾਸ ਕਰਦਾ? ਉਹ ਕਹਿੰਦਾ ਮੈਂ ਵੀ ਕਰਦਾ ਅਤੇ ਤੂੰ ਵੀ ਕਰ। ਹੁਣ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਦਾ ਅਤੇ ਉਹਨੂੰ ਪਤਾ ਵੀ ਅੱਜ ਗੁਰਤਾ ਗੱਦੀ 'ਤੇ ਬਿਰਾਜਮਾਨ ਧੰਨ ਸ਼੍ਰੀ ਗੁਰੂ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹਨ। ਜਦੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਗੱਲ ਕਰਦਾ ਨਾ, ਉਦੋਂ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਚੇਤੇ ਆਉਂਦੇ ਆ, ਪਾਤਸ਼ਾਹ ਤੁਸੀਂ ਤਾਂ ਤੁਹਾਡਾ ਕਰਨੀਨਾਮਾ ਬੜਾ ਮਹਾਨ ਹੈ, ਜਦੋਂ ਤੁਸੀਂ ਆਪ ਚੰਡੀ ਦੀ ਵਾਰ ਦਾ ਪਾਠ ਲਿਖਣ ਲੱਗੇ ਨਾ ਅਤੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਲਿਖੀ ਅਤੇ ਜਦੋਂ ਅੱਠਵੇਂ ਪਦ 'ਤੇ ਗਏ, ਅੱਠਵੀਂ ਪੰਕਤੀ 'ਤੇ ਗਏ, ਉਦੋਂ ਮੇਰੇ ਪਾਤਸ਼ਾਹ ਬਹੁਤ ਵੱਡਾ ਇੱਕ ਰਹੱਸ ਭੇਦ ਸਾਨੂੰ ਸਮਝਾਉਣਾ ਕਰਦੇ ਹਨ ਕਿ ਇਹ ਮਨੁੱਖ ਲੈ ਤੂੰ ਆਹ ਹੀ ਪੜ੍ਹ ਲਈ, ਤੇਰੇ ਘਰ ਵਿੱਚ ਰੌਣਕਾਂ ਲੱਗ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ। ਉਹ ਕੀ ਹੈ? ਉਹ ਰੋਜ਼ਾਨਾ ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ, ਲੇਕਿਨ ਸਾਡੀ ਜਿਹੜੀ ਭਾਵਨਾ ਉਹ ਪੂਰੀ ਉੱਥੇ ਕਹੀ ਹੁੰਦੀ ਹੈ ਜਿੱਥੇ ਅਸੀਂ ਕਹਿਣਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਪਹੁੰਚੇ ਹੋਏ ਹੋਏ ਹਾਂ ਉੱਥੇ, ਲੇਕਿਨ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚੰਡੀ ਦੀ ਵਾਰ ਦਾ ਪਾਠ ਸ਼ੁਰੂ ਕਰਦੇ, ਜਿਹੜਾ ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ, ਉਹਦੇ ਅੱਠਵੇਂ ਪਾਦ 'ਤੇ ਜਾ ਕੇ ਕੀ ਕਹਿੰਦੇ ਨੇ? ਉਹ ਕਹਿੰਦੇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਹੁਣ ਇਹ ਪੰਕਤੀ ਗੁਰੂ ਗੋਬਿੰਦ ਸਿੰਘ ਲਿਖਦੇ ਹਨ, ਅਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣੀ ਅਤੇ ਕਰਨੀ ਦੇ ਪ੍ਰਪੱਕ ਹੈ, ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਮਨ ਕਰਕੇ ਧਿਆਈਏ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਹਾਂ ਨਾ, ਉਦੋਂ ਤੁਸੀਂ ਯਾਦ ਕਰੋਗੇ ਇਹ ਸੱਚੇ ਪਾਤਸ਼ਾਹ ਦਾ ਅੱਠਵਾਂ ਰੂਪ ਵੀ ਹੈ, ਇਹ ਮੇਰੇ ਪਾਤਸ਼ਾਹ ਨੌਵਾਂ ਰੂਪ ਵੀ ਹੈ, ਇਹ ਦਸਾਂ ਗੁਰੂਆਂ ਦਾ ਰੂਪ ਹੈ। ਦਸਾਂ ਗੁਰੂਆਂ ਦੇ ਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਬੇਨਤੀ ਕਰੋਗੇ, ਪਾਤਸ਼ਾਹ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਤ ਨੂੰ ਯਾਦ ਕਰਦੇ ਹਾਂ, ਜਿਹੜੇ ਉਹ ਆਪ ਲਿਖਦੇ ਹਨ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਸੱਚੇ ਪਾਤਸ਼ਾਹ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ, ਸੁੱਖਾਂ ਦਾ ਵਾਸ ਕਰੋ। ਹੁਣ ਇਵੇਂ ਜਿਵੇਂ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇੱਕ ਸਮੁੰਦਰ ਦੇ ਵਿੱਚ ਘਿਰਿਆ ਹੋਇਆ ਉਹ ਮੱਖਣ ਸ਼ਾਹ ਲਵਾਣਾ ਅਰਦਾਸ ਕਰਦਾ, ਬੇਨਤੀ ਕਰਦਾ। ਉਹਨੇ ਪਾਤਸ਼ਾਹ ਦੇ ਅੱਗੇ ਚਰਨਾਂ 'ਚ ਬੇਨਤੀ ਕੀਤੀ, ਪਾਤਸ਼ਾਹ ਮੈਂ ਬਹੁਤ ਕਸੂਤਾ ਫਸ ਗਿਆ, ਮੈਨੂੰ ਲੱਗਦਾ ਮੌਤ ਆਈ ਕਿ ਆਈ, ਮੈਨੂੰ ਇੰਝ ਲੱਗਦਾ ਮੈਂ ਇਕੱਲਾ ਤਾਂ ਮਰਾਂਗਾ, ਨਾਲ ਮੇਰਾ ਬੇੜਾ ਡੁੱਬੇਗਾ, ਜਿਹੜਾ ਬੇੜੇ ਦੇ ਨਾਲ ਵਿੱਚ ਡੁੱਬ ਜਾਣਗੇ ਮੇਰੇ ਸਾਥੀ, ਮੇਰੇ ਨਾਲ ਵਣਜ ਕਰਨ ਵਾਲੇ, ਬਸ ਅਸੀਂ ਮੁੜ ਕੇ ਜ਼ਿੰਦਗੀ ਵਿੱਚ ਦੁਨੀਆ ਨਹੀਂ ਦੇਖਾਂਗੇ, ਇਹ ਦੁਨੀਆ ਸਾਡੀ ਪਾਣੀ ਦੇ ਵਿੱਚ ਧਸ ਜਾਵੇਗੀ, ਇਹ ਪਾਣੀ ਵਿੱਚ ਸਾਡੀ ਦੁਨੀਆ ਗਾਇਬ ਹੋ ਜਾਵੇਗੀ, ਸਾਨੂੰ ਦੁਨੀਆ ਨਹੀਂ ਮਿਲੇਗੀ। ਆਪ ਕਿਰਪਾ ਕਰੋਗੇ ਨਾ, ਜੇ ਕਿਰਪਾਲੂ ਹੋ, ਦਿਆਲੂ ਹੋ, ਜੇ ਸਾਥੋਂ ਭੁੱਲ ਹੋ ਗਈ ਸਾਨੂੰ ਮਾਫ਼ ਕਰੋ, ਤੁਹਾਡੇ ਵਰਗਾ ਕੋਈ ਬਖਸ਼ਣਹਾਰ ਨਹੀਂ ਅਤੇ ਸਾਡੇ ਵਰਗਾ ਪਾਪੀ ਕੋਈ ਨਹੀਂ, ਕਿਰਪਾ ਕਰੋ ਅਤੇ ਅਰਦਾਸ ਪ੍ਰਵਾਨ ਕਰੋ ਪਾਤਸ਼ਾਹ, ਤੁਹਾਡੇ ਚਰਨਾਂ ਦੇ ਵਿੱਚ ਆਵਾਂਗਾ ਅਤੇ ਆ ਕੇ ਹੋਰ ਪਟਾਵਾਂ ਲੈ ਕੇ ਆਵਾਂਗਾ ਅਤੇ ਨਾਲ ਦਸਵੰਧ ਕੱਢ ਕੇ ਜਾਵਾਂਗਾ 500 ਮੋਹਰ ਸੋਨੇ ਦੀ। ਹੁਣ 500 ਮੋਹਰ ਉਹਨੇ ਸੁੱਖ ਲਈ, ਅਤੇ ਇੰਝ ਲੱਗਿਆ ਜਦੋਂ ਸੁੱਖ ਸੁੱਖੀ ਨਾ ਗੁਰੂ ਨਾਨਕ ਦੇ ਚਰਨਾਂ ਵਿੱਚ
इंज लग्या जिवें किसे चाके एक किसे छोटी चीज वांग जिवें कोई थाली चाके कौली चाके पासे रख दित्ती होवे, इंज लग्या जिवें बेड़ा चाके पासे रख दित्ता होवे ते बेड़ा उहदा ऐ तरदा जावे। उहने आख्या गुरु नानक तुसी तां पाणी विच सहाई होगे, तुसी बेड़े विच सहाई होगे, तुसी तां मेरी अरदास प्रवान कर ली। मैं ज्यों ज्यों अरदास करदा जांदा सी बेड़ा मेरा बन्ने लगी जांदा सी, बेड़ा मेरा पासे लगी जांदा सी, बेड़ा मेरा किनारा साहिल लभदा फिरदा सी। तुसी तां बड़े परवतकार हो, तुसी बड़े बख्शणहार हो सच्चे पातशाह। जदों मेरे बेड़े नूं किनारा मिल गया, साहिल मिल गया, ते मैं बहुत ही जल्दी आप जी दे चरणां विच आवांगा। हुण इह गया दिल्ली पहुंच गया, हुण इहदा जिहड़ा घराणा उह वी दिल्ली रहिंदा, ते दिल्ली आके इहने गुरु पातशाह बारे पता करिया। इह श्री गुरु हरकृष्ण साहिब महाराज बारे पता करदा, इह राजे जय सिंह कोले गया। राजे जय सिंह दा पुत्तर है राजा राम सिंह, कुंवर राम सिंह, उहदे कोले गया। इहने पुछदिया पछाउंदिया गुरु पातशाह दा पता लग गया कि गुरु पातशाह ज्योति ज्योत समा गए, ते कहण लग्गिया उहनां दी ज्योत फिर कित्थे है, हुण उहनां दी ज्योत जिहड़ी शरीर विच है किहड़े शरीर विच है उह कित्थे है। उह कहण लग्गे सानूं नहीं पता लग्गिया, असीं तां गुरु पातशाह दे बचन सुणे हैं, गुरु पातशाह दे बचन उह असीं प्रवान कर ले, असीं गुरु पातशाह कोले बैठे सां। उह कहण लग्गिया गुरु पातशाह दे बचन तां मैनूं सुणा दिओ, मेरे कन्नां दे विच गुरु पातशाह दे पावन बचन पै जाण, ते मैं ਉਹ ਕਿਰਪਾ ਕਰਨ ਜੇ ਉਹਨਾਂ ਨੇ ਬੇੜਾ ਮੇਰਾ ਬੰਨੇ ਲਾ ਦਿੱਤਾ, ਕਿਨਾਰੇ ਲਾ ਦਿੱਤਾ, ਅੱਜ ਵੀ ਉਹ ਬੇੜਾ ਬੰਨੇ ਲਾਉਣਗੇ, ਉਹ ਜ਼ਰੂਰ ਕਿਰਪਾ ਕਰਨਗੇ, ਮੈਨੂੰ ਦੀਦਾਰ ਬਖਸ਼ਣਗੇ। ਸੰਗਤ ਜੀ ਕਿਰਪਾ ਕਰਕੇ ਮੈਨੂੰ ਦੱਸੋ ਗੁਰੂ ਪਾਤਸ਼ਾਹ ਨੇ ਕੀ ਬਚਨ ਕੀਤਾ। ਹੁਣ ਸਿੱਖ ਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਜਦੋਂ ਜੋਤੀ ਜੋ ਸਮਾਉਣ ਲੱਗੇ ਨਾ ਅੱਠਵੇਂ ਨਾਨਕ, ਉਹਨਾਂ ਨੇ ਇੱਕ ਸ਼ਬਦ ਕਿਹਾ, ਉਹ ਕਹਿਣ ਲੱਗੇ ਬਾਬਾ ਬਕਾਲੇ। ਉਹ ਕਹਿੰਦੇ ਬਾਬਾ ਬਕਾਲੇ, ਹਾਂ ਬਾਬਾ ਬਕਾਲੇ ਕਿਹਾ। ਹੁਣ ਬਾਬਾ ਬਕਾਲੇ ਦਾ ਸ਼ਬਦ, ਉਹ ਕਹਿਣ ਲੱਗਾ ਬਕਾਲਾ ਕਿੱਥੇ ਹੈ। ਹੁਣ ਬਕਾਲੇ ਬਾਰੇ ਉਹਨਾਂ ਪਤਾ ਕਰਿਆ ਤੇ ਬਕਾਲਾ ਉਹਨਾਂ ਨੇ ਦੱਸਿਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਹੈ। ਹੁਣ ਇਹਨੇ ਲੱਭਦਾ ਲੱਭਦਾ ਜਲੰਧਰ ਤੋਂ ਅੱਗੇ ਇਹਨੂੰ ਪਤਾ ਲੱਗ ਗਿਆ, ਇਹਨੇ ਆਪਣੇ ਨਾਲ ਆਪਣੇ ਰਾਖਕ ਲਏ, ਨਾਲ ਗੱਡੇ ਲਏ, ਗੱਡਿਆਂ ਦੇ ਵਿੱਚ ਸਮਾਨ ਲੱਦ ਕੇ ਇਹ ਗੁਰੂ ਪਾਤਸ਼ਾਹ ਨੂੰ ਭਾਲਦਾ ਜਾਂਦਾ, ਭਾਲਦਾ ਭਾਲਦਾ ਹੌਲੀ ਹੌਲੀ ਪੁੱਛਦਾ ਪਛਾਉਂਦਾ ਇਹ ਪਹੁੰਚ ਜਾਂਦਾ ਬਾਬਾ ਬਕਾਲੇ। ਹੁਣ ਬਕਾਲੇ ਜਾ ਕੇ ਜਦੋਂ ਇਹਨੇ ਫਿਰ ਦੇਖਿਆ, ਉੱਥੇ ਲੋਕ ਪੁੱਛਣ ਲੱਗੇ, ਇੱਕ ਸ਼ਾਹ ਆਇਆ ਬਹੁਤ ਵੱਡਾ ਅਮੀਰ ਆਇਆ, ਉਹ ਕਹਿਣ ਲੱਗਿਆ ਮੈਂ ਗੁਰੂ ਨਾਨਕ ਦੇ ਰੂਪ ਨੂੰ ਮਿਲਣਾ, ਮੈਂ ਗੁਰੂ ਨਾਨਕ ਨੂੰ ਮਿਲਣਾ, ਗੁਰੂ ਨਾਨਕ ਦੇ ਸਰੂਪ ਨੂੰ ਮਿਲਣਾ। ਹੁਣ ਜਦੋਂ ਗੁਰੂ ਪਾਤਸ਼ਾਹ ਨੇ ਬਾਬਾ ਬਕਾਲੇ ਦਾ ਨਾਂ ਲਿਆ ਨਾ ਅੱਠਵੇਂ ਪਾਤਸ਼ਾਹ ਨੇ, ਤੇ ਉਦੋਂ ਬਾਬਾ ਬਕਾਲੇ ਵਾਲੇ ਲੋਕ, ਉਹ ਪਖੰਡੀ ਦੰਭੀ ਲੋਕ, ਉਹ ਜਾ ਕੇ ਬਾਬੇ ਬਕਾਲੇ ਜਾ ਕੇ ਆਪਣੀਆਂ ਗੱਦੀਆਂ ਲਾ ਕੇ ਬੈਠ ਗਏ। ਉਹਨਾਂ ਨੇ ਜਦੋਂ ਗੱਦੀਆਂ ਲਾਈਆਂ ਜਾ ਕੇ, ਉੱਥੇ ਜਿਹੜੇ ਲੋਕ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਗੁਰੂ ਕਹਾਉਂਦਾ ਸੀ ਉਹ ਸੀ ਧੀਰ ਮੱਲ। ਹੁਣ ਧੀਰ ਮੱਲੀਏ, ਰਾਮ ਰਾਈਏ ਅਤੇ ਕੁਝ ਲੋਕ ਹੋਰ ਇੱਥੇ ਜਾ ਕੇ ਗੱਦੀਆਂ ਪਾ ਕੇ ਬੈਠ ਗਏ। ਹੁਣ ਜੇ ਇਤਿਹਾਸ ਵਿੱਚ ਜਾਈਏ, ਉਹਦੇ ਬਰੀਕੀ ਵਿੱਚ ਜਾਈਏ, ਤੇ ਉਦੋਂ ਦੇ ਇਤਿਹਾਸ ਵਿੱਚ ਕੁਝ ਲੋਕਾਂ ਨੇ ਲਿਖਿਆ 22 ਗੱਦੀਆਂ ਲੱਗ ਗਈਆਂ 22, ਪਰ ਉਹਨੂੰ ਘੋਖਿਆਂ ਤੋਂ ਪਤਾ ਲੱਗਦਾ ਕਿ ਉਦੋਂ 22 ਗੱਦੀਆਂ ਬਣਦੀਆਂ ਨਹੀਂ, ਉਦੋਂ ਸੋਢੀਆਂ ਦੀ ਗੱਦੀ ਹੈ ਜਿਹੜੀ ਬੇਦੀਆਂ ਦੀ ਗੱਦੀ ਹੈ, ਉਦੋਂ ਉਹਨਾਂ ਦੇ ਵਿੱਚ ਕੁਝ ਗੱਦੀਆਂ ਪਤਾ ਲੱਗਿਆ ਵੀ ਕੁਝ ਗੱਦੀਆਂ ਉੱਥੇ ਲੱਗੀਆਂ। ਸਭ ਤੋਂ ਜ਼ਿਆਦਾ ਜਿਹੜਾ ਢਾਂਚ ਸੀ, ਢਮ ਢਾਉਣਾ ਸੀ, ਉਹ ਸੀ ਧੀਰ ਮੱਲ ਦਾ, ਅਤੇ ਧੀਰ ਮੱਲ ਕੋਲ ਆਦਿ ਬੀੜ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਦਿ ਬੀੜ ਉਹਦੇ ਕੋਲ ਸੀ, ਅਤੇ ਉਹਨੇ ਬਿਲਕੁਲ ਪੂਰਾ ਪਖੰਡ ਰਚਿਆ, ਅਤੇ ਲੋਕ ਉਹਨੂੰ ਜਾ ਕੇ ਘੇਰ ਘੇਰ ਕੇ ਲਿਆਉਂਦੇ ਆ। ਹੁਣ ਮੱਖਣ ਸ਼ਾਹ ਲਵਾਣੇ ਦੇ ਕੋਲ ਇੱਕ ਦੋ ਉਹਦੇ ਅਹਿਲਕਾਰ ਗਏ, ਉਹ ਜਾ ਕੇ ਕਹਿਣ ਲੱਗੇ ਇੰਝ ਕਰ, ਜਿਹੜਾ ਸਭ ਤੋਂ ਵੱਡਾ ਗੁਰੂ ਆ ਉਹ ਧੀਰ ਮੱਲ ਹੈ, ਉਹ ਧੀਰ ਮੱਲ ਹੈ, ਤੂੰ ਉਹਦੇ ਕੋਲ ਚੱਲ। ਉਹ ਕਹਿ ਲੱਗਾ ਸਭ ਤੋਂ ਵੱਧ ਬਚਨ ਆਚਾਰੇ ਆ ਜਿਹੜੇ ਉਹ ਗੁਰੂ ਅੱਠਵੇਂ ਪਾਤਸ਼ਾਹ ਨੇ ਕਿਹਾ ਕਿ ਬਾਬਾ ਬਕਾਲੇ, ਅਤੇ ਸਭ ਤੋਂ ਜ਼ਿਆਦਾ ਜਿਹੜੀ ਸੰਗਤ ਹੈ ਉਹਦੇ ਕੋਲ ਆਉਂਦੀ ਹੈ। ਹੁਣ ਮੱਖਣ ਸ਼ਾਹ ਵਿਚਾਰਾ ਜਿਹੜਾ ਵਪਾਰੀ ਹੈ, ਉਹ ਸੁੱਖ ਲਾਉਣ ਦੀ ਖਾਤਰ ਅਰਜ਼ ਗੁਜ਼ਾਰਦਾ ਗੁਰੂ ਨਾਨਕ ਦੇ ਚਰਨਾਂ ਵਿੱਚ, ਉਹਨੂੰ ਪਤਾ ਲੱਗ ਜਾਂਦਾ, ਉਹ ਕਹਿਣ ਲੱਗਿਆ ਮੈਂ ਕਿੱਥੇ ਫਸ ਗਿਆ, ਮੈਂ ਘੁੰਮਣ ਘੇਰੀ ਵਿੱਚੋਂ ਨਿਕਲਿਆ ਅਤੇ ਹੋਰ ਘੁੰਮਣ ਘੇਰੀ ਵਿੱਚ ਪੈ ਗਿਆ। ਉਹ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ, ਪਾਤਸ਼ਾਹ ਜਿਹੜੀ ਉਹ ਘੁੰਮਣ ਘੇਰੀ ਸੀ ਉਹਦੇ ਵਿੱਚੋਂ ਤੁਸੀਂ ਕੱਢਿਆ ਅਤੇ ਇਹ ਘੁੰਮਣ ਘੇਰੀ ਵਿੱਚ ਤੁਸੀਂ ਪਾ ਦਿੱਤਾ, ਕਿਰਪਾ ਕਰੋ। ਹੁਣ ਜਿਵੇਂ ਪੂਰਿਆਂ ਗੁਰਾਂ ਨੂੰ, ਸੱਚੇ ਪਾਤਸ਼ਾਹ ਨੂੰ, ਰਹਿਮਤ ਦੇ ਦਾਤੇ ਨੂੰ ਬਕਾਲੇ ਭਾਲਦਾ ਨਾ, ਉਹਨਾਂ ਲਾਈਨਾਂ ਦਾ ਵਰਣਨ ਢਾਡੀ ਜੱਥਾ ਗਾ ਕੇ ਇਉਂ ਕਹਿ ਰਿਹਾ। Oh,
ਬਾਲਦਾ ਪੂਰਿਆਂ ਗੁਰਾਂ ਨੂੰ ਹੈ ਬਕਾਲੇ ਬਾਲਦਾ
पुछे हाल दिल दा फुल मेरे मन दा क्यों नी खिलदा फुल मेरे मन दा क्यों नी खिलदा दसो कोई हल चरना बिच बड़े सुख चरना बिच बड़े सुख चरना रिच बड़े हो सुख चरना बिच बड़े पर सानू बैना आउंदा नहीं सानू बैना आउंदा नहीं ओ दिंदा थकदा नहीं पर सानू लेना आउंदा नहीं कोशिश ता कीती है लभण लई लखां ने पर जिन्ना नू तू दिसदा हर गुरु को जो नकली गुरु है उन्होंने तुरै फिर हरेक को दो मोहरा कड़ता कह लगे दसो मेरे दिल की गल दसो मेरे दिल की गल ये जो धीर मल को जाता ना तो धीर मल को जाके कह लगे मेरे दिल की गल दस दो मोहरा रख दतिया धीर मल की कहेगा कल के दीवान में इस वे इस वक्त आप जी ने सांझ पावगा समय की समाप्ति आप जी ने बहुत सारा सत्कार भेजा माया नाल श्री गुरु ग्रंथ साहब महाराज तुहानू खुशियां देन सतगुरु कृपा करन मेरा घर में आने जिम्मे मक्खण शाह लवाने का बेड़ा बन्ने लाया है ते तो भी कार्ज मेरे पातशाह रास करन हुण कृपा करके आनंद साहब जी के जाप नाल जुड़िए सानू दिओ आग्या बुलाओ फतेह आखो गज के वाहेगुरु जी का खालसा।